ਭਾਜਪਾ ਦੇ ਸੀਨੀਅਰ ਨੇਤਾ ਇੰਦਰ ਸੇਖੜੀ ਦੇ ਘਰ ਦੇ ਅੰਦਰ ਉਹਨਾਂ ਦੀ ਪਾਰਕਿੰਗ 'ਚ ਖੜੀ ਗੱਡੀ 'ਤੇ ਫਾਇਰ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਘਰ ਦੇ ਅੰਦਰ ਇੱਕ ਖੋਲ ਵੀ ਬਰਾਮਦ ਹੋਇਆ ਹੈ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਬਟਾਲਾ ਤੋਂ ਪਰਮਿੰਦਰ ਦੀ ਖਾਸ ਰਿਪੋਰਟ। ਸਾਢੇ 8 ਵਜੇ ਕੋਈ ਬੰਦਾ ਆ ਕੇ ਇੱਥੇ ਫਾਇਰਿੰਗ ਕਰਕੇ ਗਿਆ ਮੇਰੇ ਘਰ ਦੇ ਉੱਤੇ। ਉਦੋਂ ਮੈਂ ਇੱਕ ਸ਼ਾਦੀ 'ਤੇ ਵੀ ਜਾਣਾ ਸੀ, ਪ੍ਰੋਗਰਾਮ ਫੰਕਸ਼ਨ 'ਤੇ ਜਾਣਾ ਸੀ। ਮੈਂ ਥੋੜ੍ਹੇ 10-15 ਮਿੰਟ ਲੇਟ ਹੋ ਗਿਆ। ਮੈਂ ਇੱਥੋਂ 9:15 ਵਜੇ ਨਿਕਲਿਆ। ਉਹ 8:30 ਵਜੇ ਮੇਰੇ ਸਰਵੈਂਟ ਨੇ ਬਾਹਰ ਆਵਾਜ਼ ਸੁਣੀ ਹੈ ਗੋਲੀ ਚੱਲਣ ਦੀ। ਉਹਨੇ ਕੋਸ਼ਿਸ਼ ਕੀਤੀ ਹੈ ਦੇਖਣ ਦੀ, ਉਹਨੂੰ ਉਸ ਵੇਲੇ ਪਤਾ ਨਹੀਂ ਲੱਗਾ ਕਿ ਗੋਲੀ ਚੱਲੀ ਹੈ ਜਾਂ ਕੀ ਹੋਇਆ। ਅਤੇ ਉਹਦੇ ਬਾਅਦ ਮੇਰੇ ਡਰਾਈਵਰ ਨੇ ਆ ਕੇ ਕਾਰ ਦੇਖੀ ਅਤੇ ਉਹਦੇ 'ਤੇ ਡੈਮੇਜ ਹੋਇਆ ਸੀ ਕਾਰ ਦੇ ਉੱਤੇ। ਉਹਨੇ ਮੈਨੂੰ ਆ ਕੇ ਕਿਹਾ ਜੀ ਆ ਕੇ ਗੱਡੀ ਚੈੱਕ ਕਰ ਲਓ, ਇਹ ਤਾਂ ਡੈਮੇਜ ਹੋਈ ਸੀ। ਅਸੀਂ ਜਾ ਕੇ ਗੱਡੀ ਦੇਖੀ, ਫਿਰ ਵੀ ਸਾਨੂੰ ਪਤਾ ਨਹੀਂ ਲੱਗਾ ਕਿ ਕੀ ਹੋਇਆ, ਕੀ ਪ੍ਰੋਬਲਮ ਹੋਈ। ਉਹਦੇ ਬਾਅਦ ਉੱਥੇ ਮੇਰੇ ਸਰਵੈਂਟ ਦਾ ਬੱਚਾ ਖੇਡਦਾ ਪਿਆ ਸੀ, ਉਹਦੇ ਹੱਥ 'ਚ ਕੋਈ ਇੱਕ ਸੈੱਲ ਨੁਮਾ ਇੱਕ ਚੀਜ਼ ਉਹਦੇ ਹੱਥ 'ਚ ਗੋਲ ਜੀ ਆਈ ਉਹਦੇ ਹੱਥ 'ਚ। ਅਤੇ ਉਹ ਮੇਰੇ ਕੋਲ ਸਰਵੈਂਟ ਲੈ ਕੇ ਆ ਗਿਆ ਕਿ ਜੀ ਇਹ ਚੀਜ਼ ਜਿਹੜੀ ਕਾਰ ਦੇ ਲਾਗੇ ਦੀਵਾਰ ਦੇ ਨਾਲ ਪਈ ਸੀ ਉੱਥੋਂ ਇਹ ਮਿਲੀ ਹੈ, ਅਤੇ ਇਹ ਤੁਸੀਂ ਦੇਖ ਲਓ ਕੀ ਚੀਜ਼ ਹੈ। ਉਹ ਮੈਂ ਦੇਖਿਆ ਉਹ ਕੋਈ ਵੱਡੀ ਕਾਫੀ ਵੱਡੀ ਬੁਲਟ ਸੀ। ਅਤੇ ਫਿਰ ਮੈਨੂੰ ਇਹ ਅਹਿਸਾਸ ਹੋਇਆ ਕਿ ਰਾਤੀ ਜਿਹੜੀ ਕੋਈ ਜਿਹੜੀ ਆਵਾਜ਼ ਆਈ ਸੀ ਉਹ ਫਾਇਰਿੰਗ ਦੀ ਆਵਾਜ਼ ਸੀ, ਜਿਹੜਾ ਕਿ ਮੇਰੇ ਉੱਤੇ ਡਾਇਰੈਕਟ ਅਟੈਂਪਟ ਕੀਤਾ ਹੈ ਕਿਸੇ ਨੇ ਸਾਨੂੰ ਨੁਕਸਾਨ ਪਹੁੰਚਾਉਣ ਦਾ। ਉਹ ਗੱਡੀ ਦੀ ਜਿਹੜੀ ਬੁਲਟ ਲੱਗੀ ਸੀ ਉਹ ਮੈਂ ਬੁਲਟ ਜਿਹੜੀ ਹੈ DSP ਸਾਹਿਬ ਨੂੰ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਬੁਲਾਇਆ, ਉਹਨਾਂ ਨੇ ਆ ਕੇ ਸਾਰਾ ਵੇਰੀਫਾਈ ਕੀਤਾ। ਬੁਲਟ ਵੀ ਉਹਨਾਂ ਨੇ ਆਪਣੇ ਪੋਜੈਸ਼ਨ ਲੈ ਲਈ, ਗੱਡੀ ਵੀ ਉਹ ਨਾਲ ਲੈ ਗਏ ਨੇ ਆਪਣੇ ਟੂ ਵੇਰੀਫਾਈ ਫਰਦਰ ਔਰ ਇਨਵੈਸਟੀਗੇਟ ਕਰਨ ਵਾਸਤੇ। ਆਲੇ ਦੁਆਲੇ ਜਿਹੜੇ ਕੈਮਰੇ ਉੱਤੇ ਲੱਗੇ ਨੇ, ਮੇਰੇ ਘਰ 'ਚ ਤਾਂ ਕੋਈ ਕੈਮਰਾ ਲੱਗਾ ਤਾਂ ਨਹੀਂ ਹੈ, ਆਲੇ ਦੁਆਲੇ ਜਿਹੜੇ ਕੈਮਰੇ ਲੱਗੇ ਉਹ ਵੀ ਉਹਨਾਂ ਨੇ ਉੱਥੋਂ ਵੀ ਰਿਕਾਰਡਿੰਗ ਜਿਹੜੀ ਹੈ ਉਹਨੇ ਡਾਊਨਲੋਡ ਕਰਕੇ ਲੈ ਗਏ ਨੇ। ਪੁਲਿਸ ਆਪਣਾ ਕਾਰਵਾਈ ਕਰ ਰਹੀ ਹੈ, ਪਰ ਇਹ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਇਹ ਜਿਹੜਾ ਮੁਹਿੰਮ ਨਵੀਂ ਸ਼ੁਰੂ ਹੋਈ ਹੈ ਨਵੀਂ ਸਰਕਾਰ ਆਉਣ ਦੇ ਬਾਅਦ, ਇਹ 1980 ਵਾਲਾ ਮਾਹੌਲ ਜਿਹੜਾ ਦੁਬਾਰਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਬੜੀ ਨਿੰਦਨੀ ਹੈ। ਔਰ ਸਰਕਾਰ ਨੂੰ ਔਰ ਪੁਲਿਸ ਨੂੰ ਆਪਣਾ ਕੰਮ ਜਿਹੜਾ ਬਹੁਤ ਸੀਰੀਅਸਲੀ ਲੈਣਾ ਕਰਨਾ ਚਾਹੀਦਾ ਤਾਂ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਤਰੀਕੇ ਦੀ ਜਾਂ ਪੰਜਾਬੀਆਂ ਨੂੰ ਕਿਸੇ ਤਰੀਕੇ ਦੀ ਕੋਈ ਤਕਲੀਫ ਨਾ ਹੋਵੇ। ਪਤਾ ਲੱਗਾ ਵੈਸੇ ਕੌਣ ਸੀ ਹੋਇਆ? ਨਹੀਂ, ਮੈਨੂੰ ਇਹਦੇ ਬਾਰੇ ਕੁਛ ਨਹੀਂ ਪਤਾ, ਨਾ ਮੇਰੇ ਨਾਲ ਕਿਸੇ ਦੀ ਕੋਈ ਨਿੱਜੀ ਰੰਜਿਸ਼ ਹੈ, ਨਾ ਕੋਈ ਮੇਰੀ ਕੋਈ ਕਿਸੇ ਨਾਲ ਕੋਈ ਐਸੀ ਕੋਈ ਪ੍ਰੋਬਲਮ ਹੈ। ਇਹ ਜੋ ਵੀ ਹੈ ਇਹ ਸਾਰਾ ਟੈਰਰਾਈਜ਼ ਕਰਨ ਦਾ ਔਰ ਮਾਹੌਲ ਖਰਾਬ ਕਰਨ ਦਾ ਹੀ ਮੈਨੂੰ ਲੱਗਦਾ ਹੈ ਕਿ ਕੋਈ ਏਜੰਡਾ ਕੋਈ ਲੈ ਕੇ ਕੰਮ ਕੀਤਾ ਜਿਹਨੇ ਵੀ ਫਾਇਰਿੰਗ ਕੀਤੀ। ਨੇ ਮੈਨੂੰ ਫੋਨ ਕੀਤਾ ਸੀ ਵੀ ਇਸ ਤਰ੍ਹਾਂ ਮੇਰੇ ਗੋਲੀ ਚੱਲੀ ਆ, ਨਰਸੇੜੀ ਦਾ ਅੱਜ ਫੋਨ ਆਇਆ ਸੀ ਮੇਰੇ ਗੋਲੀ ਚੱਲੀ। ਮੈਂ ਮੁੜ ਕੇ ਮੈਂ ਔਰ SHO ਸਿਟੀ ਦੋਵੇਂ ਮੌਕੇ 'ਤੇ ਜਾ ਕੇ ਆਇਆ, ਉੱਥੋਂ ਗੋਲ ਬਰਾਮਦ ਹੋਇਆ। ਘਰ ਦੇ ਉਹਨੇ 2-3 ਗੱਡੀਆਂ ਲੱਗੀਆਂ ਸੀ ਜੀ, ਇੱਕ ਗੱਡੀ ਸੀ ਜਿਹੜੀ ਅਤੇ ਬਿਲਕੁਲ ਨਿਊ ਗੱਡੀ ਸੀ, ਉਹਦੇ ਵਿੱਚ ਕਹਿੰਦੇ ਵੀ ਬੁੰਡ 'ਤੇ ਗੋਲੀ ਲੱਗੀ, ਪਰ ਬੁੰਡ 'ਤੇ ਗੋਲੀ ਆਰ ਪਾਰ ਨਹੀਂ ਹੋਈ ਜੀ। ਅਤੇ ਲਾਗੇ ਕੰਧ ਦੇ ਕੋਲ ਨਾ ਉੱਥੇ ਕਹਿੰਦਾ ਖੋਲ ਮਿਲਿਆ ਸਵੇਰੇ ਡਰਾਈਵਰ 9 ਵਜੇ ਸਵੇਰੇ, ਪਰ ਦੱਸਿਆ ਉਹਨਾਂ ਨੇ ਸਾਨੂੰ ਹੁਣ ਕਹਿੰਦੇ ਰਾਤ ਦਾ ਇੰਡੀਸੀਜਨ ਜਿਹੜਾ ਰਾਤ ਦਾ ਜੀ। ਮੂਲੀ ਜਾਂਚ ਇਹ ਲੱਗਣ ਦੇ ਵੀ ਜਿਹੜੀ ਗੋਲੀ ਆ ਬੁੰਡ ਦੇ ਪਾ 'ਤੇ ਨਾ ਹੋਈ, ਦੇਖੋ ਜਿਹੜੀ ਰਿਐਲਿਟੀ ਆ। ਬਾਕੀ ਕੈਮਰੇ ਸਾਹਮਣੇ ਵੀ ਹੈਗੇ ਦੁਕਾਨਦਾਰਾਂ ਦੇ, ਠੀਕ ਹੈ ਜੀ, ਅਤੇ ਉਹ ਵੇਖ ਲੈਂਦੇ ਭਾਅ ਜੀ।